ਸਮੇ ਅਸੀਂ ਸੁਨਾਮ ਖੜੇ ਆ ਕਿਉਂਕਿ ਤੀਰਜ ਵਰਮਾ ਜੋ ਕਿ ਐਮਬੀਬੀਐਸ ਦੀ ਪੜ੍ਹਾਈ ਕਰਨ ਯੂਕਰੇਨ ਗਿਆ ਹੋਇਆ ਸੀ ਪਰ ਅੱਜ ਉੱਥੋਂ ਵਾਪਸ ਘਰ ਪਰਤਿਆ ਕਰਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਤੁਸੀਂ ਦੇਖ ਸਕਦੇ ਹੋਗੇ ਹਰ ਕੋਈ ਜਿਹੜੇ ਚਿਹਰੇ ਨੇ ਉਹ ਖਿਲੇ ਹੋਏ ਨੇ ਕਿਉਂਕਿ ਬੜੀ ਬੇਸਫਰੀ ਦੇ ਨਾਲ ਇੰਤਜ਼ਾਰ ਸੀ ਬੇਟੇ ਦਾ ਫੋਨ ਤੇ ਗੱਲਬਾਤ ਹੁੰਦੀ ਸੀ ਕਦੇ ਗੱਲਬਾਤ ਨਹੀਂ ਵੀ ਹੁੰਦੀ ਸੀ ਜਦੋਂ ਗੱਲਬਾਤ ਨਹੀਂ ਹੁੰਦੀ ਸੀ ਤਾਂ ਉਸ ਸਮੇ ਜਿਹੜੀ ਚਿੰਤਾ ਸੀ ਉਹ ਲਗਾਤਾਰ ਵੱਧ ਜਾਂਦੀ ਸੀ ਮਾਂ ਪਰੇਸ਼ਾਨ ਰਹਿੰਦੀ ਸੀ ਪਿਤਾ ਪਰੇਸ਼ਾਨ ਰਹਿੰਦੇ ਸੀ, ਛੋਟੀ ਭੈਣ ਪਰੇਸ਼ਾਨ ਰਹਿੰਦੀ ਸੀ ਤੇ ਬੇਟਾ ਜੁਕਰਨ ਫਸਿਆ ਸੀ ਤਾਂ ਉਹ ਉੱਥੇ ਵੀ ਪਰੇਸ਼ਾਨ ਸੀ। ਉਹਨੂੰ ਲੱਗ ਰਿਹਾ ਸੀ ਕਿ ਸ਼ਾਇਦ ਪਤਾ ਨਹੀਂ ਇੱਥੋਂ ਘਰ ਵਾਪਸ ਜਾਇਆ ਜਾਏਗਾ ਜਾਂ ਨਹੀਂ ਜਾਇਆ ਜਾਏਗਾ ਕਿਉਂਕਿ ਨਾ ਤਾਂ ਉੱਥੋਂ ਫਲਾਈਟ ਚੱਲ ਰਹੀ ਸੀ, ਨਾ ਕੋਈ ਹੋਰ ਸਾਧਨ ਉੱਥੇ ਮਿਲ ਰਿਹਾ ਸੀ। ਸਾਰਿਆਂ ਦੇ ਚਿਹਰੇ ਦੇ ਉੱਪਰ ਖੁਸ਼ੀ ਤੁਸੀਂ ਦੇਖ ਸਕਦੇ ਹੋਗੇ। ਸਭ ਤੋਂ ਪਹਿਲਾਂ ਫਾਦਰ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰ ਲਿਆ। ਸਰ ਗੁੰਗੁਣਾ ਰਹੇ ਸੀ, ਕਾਫੀ ਖੁਸ਼ੀ ਹੋ ਰਹੀ ਹੈ ਤੁਹਾਡੀ। ਬਿਲਕੁਲ ਸਰ, ਮੈਂ ਤਾਂ ਬੜਾ ਖੁਸ਼ ਹਾਂ ਮੇਰਾ ਬੇਟਾ। ਐ ਤੰਦਰੁਸਕਰ ਆ ਗਿਆ ਹਾਂਜੀ ਉਹਦੀ ਖੁਸ਼ੀ ਦੇ ਵਿੱਚ ਤਾਂ ਵੈਸੇ ਇਹੀ ਹੈ ਗਾ ਦੋ ਹੁੰਦੇ ਰਹਿਣਗੇ ਮੇਲੇ ਜਹਾਨ ਅੰਦਰ ਅਤੇ ਜੁੰਦਿਆਂ ਜੀ ਹਜ਼ਾਰ ਮੇਲੇ ਉਹ ਮੇਲਾ ਉਸ ਨੂੰ ਆਖਦੀ ਏ ਦੁਨੀਆ ਜਿਹੜਾ ਵਿਛੜ ਗਿਆਂ ਦੇ ਯਾਰ ਮੇਲੇ ਮਿੱਤਰੋਂ ਮੇਲੇ ਖੂਬ ਮਨਾਓ ਯਾਰਾਂ ਦੇ ਸੰਗ ਹੱਸੋ ਗਾਓ ਐਵੇਂ ਨਾ ਤੱਕ ਹੁੰਦੇ ਜਾਵੋ ਉਹ ਆਪਣਾ ਵਿਰਸਾ ਮੋੜ ਲਿਆਵੋ ਮੇਲਾ ਮੇਲੀਆਂ ਦਾ ਹਾਂਜੀ ਦੇਖਦੇ ਹਾਂ ਕਿ ਅੱਜ ਖੁਸ਼ੀ ਕਿਉਂਕਿ ਅੱਜ ਪਿਤਾ ਦੇ ਸਹਿਤ ਤੁਸੀਂ ਉਸ ਦਾ ਪਹਿਲਾਂ ਨਹੀਂ ਸੁਣੀ ਹੋਣਗੇ ਹਨ ਅੱਜ ਕਾफी ਖੁਸ਼ੀ ਹਾਂਜੀ 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 ਬਹੁਤ ਖੁਸ਼ੀ ਹੈ ਜੀ ਮੈਨੂੰ ਤਾਂ ਜਦੋਂ ਘਰ ਆਕੇ ਤਾਂ ਮਤਲਬ ਬਹੁਤ ਮੈਂ ਪਹਿਲੀ ਗੱਲ ਤਾਂ ਮੈਨੂੰ ਇਹ ਸਰਪ੍ਰਾਈਜ਼ ਦਿੱਤਾ ਮੇਰੇ ਪਾਪਾ ਨੇ ਪਾਪਾ ਹੀ ਘਰ ਰੁਕੇ ਹੋਏ ਸੀ ਮੈਨੂੰ ਮੇਰੇ ਮਦਰ ਛੋਟੀ ਸਿਸਟਰ ਲੈਣ ਆਏ ਹੋਏ ਸੀ ਤੇ ਜਦੋਂ ਆਏ ਹੋਏ ਸੀ ਵੱਡੀ ਸਿਸਟਰ ਜਦੋਂ ਮੇਰੀ ਦਿੱਲੀ ਆ ਉਹ ਵੀ 에어ਪੋਰਟ ਤੋਂ ਉੱਥੇ ਲੈਣ ਆਏ ਸੀ ਮੈਨੂੰ ਪਰ ਸਾਨੂੰ ਇਹ ਨਹੀਂ ਪਤਾ ਸੀ ਘਰ ਜਦੋਂ ਐਂਟਰ ਹੋਵਾਂਗੇ ਤਾਂ ਇਹ ਸਭ ਟੋਲ ਹੋਏਗਾ ਜਾਂ ਸਰਪ੍ਰਾਈਜ਼ ਹੋਏਗਾ ਇਹਨਾਂ ਵੀ ਇਹ ਸਭ ਮਾਲਾ ਵਗੈਰਾ ਇਧਰ ਨੂੰ ਕੋਈ ਆਈਡੀਆ ਨਹੀਂ ਸੀ ਅੱਛਾ ਕਦੋਂ ਜੋ ਕਿਣ ਗਏ ਕਦੋਂ ਕਿਉਂ ਮਾਈਂਡ ਬਣਿਆ ਕਿ ਉੱਥੇ ਜਾ ਕੇ ਪੜਾਈ ਕੀਤੀ ਜਾਵੇ ਮੈਂ 2017 ਦੇ ਵਿੱਚ ਐਮਬੀਬੀਐਸ ਲਈ ਗਿਆ ਸੀਗਾ ਯੂਕਰੇਨ ਦੇ ਵਿੱਚ ਕਿਉਂਕਿ ਜਦੋਂ ਮਤਲਬ ਐਦਾਂ ਸੀਗਾ ਮੇਰਾ ਮੈਂ ਨੀਟ ਵਗੈਰਾ ਜਿਹੜਾ ਐਗਜ਼ਾਮ ਹੁੰਦਾ ਹੈ ਉਹ ਦਿੱਤਾ ਸੀਗਾ ਤੇ ਮਤਲਬ ਕੁਝ ਪੁਆਇੰਟਸ ਦੇ ਕਾਰਨ ਰਹਿ ਗਿਆ ਸੀ ਪਰ ਫਿਰ ਮੈਂ ਮਤਲਬ ਐਨਾ ਸੀਗਾ ਵੀ ਹਾਂ ਹੁਣ ਇੰਨੇ ਪੈਸੇ ਤਾਂ ਕੋਈ ਲਗਾ ਨਹੀਂ ਸਕਦਾ ਜਿੰਨੇ ਪ੍ਰਾਈਵੇਟ ਵਗੈਰਾ ਸੈਕਟਰ ਦੇ ਵਿੱਚ ਚਾਹੀਦੇ ਹੁੰਦੇ ਆ ਤਾਂ ਐਨੇ ਤਾਂ ਨਹੀਂ ਲੱਗਦੇ ਵੀ 1 ਕਰੋੜ ਹੋ ਗਿਆ ਐਨਾ ਕੁਝ ਲਿਮਿਟਡ ਹੋ ਗਿਆ ਉੱਥੇ ਹੁਣ ਹਾਲਾਤ ਕਿਸ ਤਰ੍ਹਾਂ ਦੇ ਨੇ ਅਗਰ ਮੈਂ ਚਾਹਾਂ ਹਾਲਾਤ ਕਿਸ ਤਰ੍ਹਾਂ ਦੇ ਨੇ ਉੱਥੇ ਕਿਉਂਕਿ ਹਰ ਇੱਕ ਦੀਆਂ ਜਿਹੜੀਆਂ ਨਜ਼ਰਾਂ ਨੇ ਜਿਹੜੇ ਯੂਕਰੇਨ ਦੇ ਉੱਪਰ ਲੱਗੀਆਂ ਹੋਈਆਂ ਨੇ ਭਾਵੇਂ ਕਿ ਉੱਥੋਂ ਜਿਹੜੇ ਵੀਡੀਓ ਨੇ ਉਹਦੇ ਨਾਲ ਵਾਇਰਲ ਹੁੰਦੀਆਂ ਨੇ ਹੋ ਸਕਦਾ ਕਿਸੇ ਹੋਰ ਚੀਜ਼ਾਂ ਪੁਰਾਣੀਆਂ ਵੀ ਨਾਲ ਦੀਆਂ ਵਾਇਰਲ ਹੁੰਦੀਆਂ ਨੇ ਤੁਹਾਡੇ ਹਿਸਾਬ ਦੇ ਨਾਲ ਹਾਲਾਤ ਕਿਸ ਤਰ੍ਹਾਂ ਦੇ ਨੇ ਕਿਉਂਕਿ ਉਹਨਾਂ ਬੱਚਿਆਂ ਦੇ ਮਾਤਾ ਪਿਤਾ ਵੀ ਤੁਹਾਨੂੰ ਦੇਖ ਰਹੇ ਨੇ ਕਿਉਂਕਿ ਤੁਹਾਡੇ ਜ਼ਰੀਏ ਜਾਣਨਾ ਚਾਹੁੰਦੇ ਨੇ ਕਿ ਉੱਥੇ ਤੇ ਉਹਨਾਂ ਦੇ ਬੱਚੇ ਕਿੰਨੇ ਸੇਫ ਨੇ ਜਾਂ ਨਹੀਂ ਨਹੀਂ ਦੇਖੋ ਬਾਰਡਰ ਦੇ ਉੱਤੇ ਸੇਫ ਐ ਅਟੈਕ ਦੇ ਵਿੱਚੋਂ ਪਰ ਹਾਲਾਤ ਬਾਰਡਰ ਤੇ ਵੀ ਅੱਛੇ ਨਹੀਂ ਆ ਮਤਲਬ ਖਾਣਾ ਪੀਣਾ ਇਹ ਸਭ ਅੱਛੇ ਤਰੀਕੇ ਨਾਲ ਨਹੀਂ ਦਿੱਤਾ ਜਾ ਰਿਹਾ ਬੱਚਿਆਂ ਦਾ ਰਹਿਣਾ ਉੱਥੇ ਤੇ ਫਿਰ ਉਸ ਤੋਂ ਬਾਅਦ ਪੁਲਿਸ ਉੱਥੋਂ ਦੀ ਕਿੱਦਾਂ ਦੀ ਐ ਇਹ ਸਭ ਡਿਪੈਂਡ ਕਰਦਾ ਉਹਨਾਂ ਦੇ ਉੱਤੇ ਵੀ ਪੁਲਿਸ ਕਿਵੇਂ ਦਾ ਬਿਹੇਵ ਕਰੇਗੀ ਤੁਹਾਡੇ ਨਾਲ ਜਾਂ ਤੁਹਾਨੂੰ ਪਾਣੀ ਤੁਸੀਂ ਲੈਣ ਜਾ ਰਹੇ ਹੋ ਤੁਹਾਨੂੰ ਕਿੱਦਾਂ ਦੇ ਪਾਣੀ ਜਾਂ ਤਾਂ ਸੋਡਾ ਪਾਣੀ ਪੀ ਸਕਦੇ ਹੋ ਨਹੀਂ ਪੀ ਸਕਦੇ ਹੋ ਕਿਉਂਕਿ ਨਾਰਮਲ ਪਾਣੀ ਉੱਥੇ ਅਵੇਲੇਬਲ ਨਹੀਂ ਹੋ ਰਿਹਾ ਹੁਣ ਤੇ ਖਾਣੇ ਪੀਣੇ ਦੇ ਵਿੱਚ ਹੁਣ ਅਪਣੂ ਤਾਂ ਆਦਤ ਹੁੰਦੇ ਖਾਣੇ ਪੀਣੇ ਦੇ ਵਿੱਚ ਹਾਂ ਜਦ ਤੱਕ ਖਾਣਾ ਪ੍ਰੋਪਰ ਨਹੀਂ ਮਿਲਦਾ ਆਪਾਂ ਨਹੀਂ ਸੰਤੁਸ਼ਟ ਹੁੰਦੇ ਪਰ ਉੱਥੇ ਹੁਣ ਸਿਰਫ ਮਤਲਬ ਚਿਪਸ ਵਗੈਰਾ ਹੀ ਮਿਲ ਰਹੇ ਨੇ ਇਹੀ ਸਭ ਚੀਜ਼ਾਂ ਅਵੇਲੇਬਲ ਹੁੰਦੇ ਆਤੇ ਤੋਂ ਨੂੰ ਜਿੰਨੇ ਦਿਨ ਤੁਸੀਂ ਰਹੇ ਜਾਂ ਤੁਸੀਂ ਸਫਰ ਕੀਤਾ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਆਈਆਂ ਮੁਸ਼ਕਿਲਾਂ ਤਾਂ ਬਹੁਤ ਆਈਆਂ ਜਿਵੇਂ ਸਭ ਤੋਂ ਪਹਿਲਾਂ ਸਾਨੂੰ ਸੇ ਦਿੱਕਤ ਹੋਈ ਫੋਨ ਦੀ ਵੀ ਪੇਰੈਂਟਸ ਨਾਲ ਕਿਵੇਂ ਕੰਟੈਕਟ ਕਰਾਂਗੇ ਅਸੀਂ ਆਪਣਾ ਵੀ ਫੋਨ ਦੀ ਚਾਰਜਿੰਗ ਖਤਮ ਹੋ ਰਹੀ ਹੈ ਪਾਵਰ ਬੈਂਕ ਬੱਚਿਆਂ ਦੇ ਖਤਮ ਹੋ ਚੁੱਕੇ ਹਨ ਤੇ ਉਸ ਤੋਂ ਬਾਅਦ ਉੱਥੇ ਜਾ ਰਹੇ ਹਾਂ ਫਿਰ ਰਹਿਣ ਦੀ ਦਿੱਕਤ ਵੀ ਬਾਰਡਰ ਦੇ ਉੱਤੇ ਮਾਈਨਸ ਜਿਹੜਾ ਟੈਂਪਰੇਚਰ ਹੋ ਰਿਹਾ ਵੀ ਰਹੀ ਹੈ ਕਿਵੇਂ ਨਾ ਕੋ ਕੰਬਲ ਹੈ ਨਾ ਕੁਛ ਹੈ ਬੈਗਸ ਉੱਤੇ ਬੱਚੇ ਬੈਠੇ ਆ ਫਿਰ ਉਸ ਤੋਂ ਬਾਅਦ ਸਾਡੀ ਵਾਰੀ ਹੋ ਹੀ ਨਹੀਂ ਆ ਰਹੀ ਅੰਦਰ ਜਾਣ ਦੀ ਵੀ ਹਾਂ ਅਸੀਂ ਬਾਰਡਰ ਕਿਵੇਂ ਕ੍ਰੋਸ ਕਰੀਏ ਪੁਲਿਸ ਵਾਲੇ ਜਿਹੜੇ ਆ ਉਹ ਸਾਨੂੰ ਅੰਦਰ ਵੀ ਨਹੀਂ ਜਾਣਦੇ ਤੇ ਫਿਰ ਸਭ ਤੋਂ ਫਿਰ ਅੱਗੇ ਜਾ ਕੇ ਐਦਾਂ ਸੀ ਸਾਨੂੰ ਐਮਬੈਸੀ ਨਾਲ ਵੀ ਸਾਡੀ ਇਸੀ ਫੋਨ ਦੇ ਚਾਰਜਿੰਗ ਕਰਕੇ ਫੋਨ ਚਾਰਜ ਨਹੀਂ ਹੋ ਰਿਹਾ ਸੀ ਅਸੀਂ ਇਹ ਵੀ ਸੋਚਦੇ ਸੀ ਫਿਰ ਉਹਨਾਂ ਨੇ ਐਮਬੈਸੀ ਨਾਲ ਕੰਟੈਕਟ ਕਿਵੇਂ ਕਰੀਏ ਵੀ ਸਾਡੇ ਕੋਲ ਫੋਨ ਦੇ ਵਿੱਚ ਚਾਰਜਿੰਗ ਨਹੀਂ ਹੈ ਤੁਸੀਂ ਕਿਵੇਂ ਦੇਖਿਆ ਕਿ ਇਹ ਜਗ੍ਹਾ ਸੇਫ ਆ ਇਸ ਰਸਤੇ ਅਸੀਂ ਬਾਹਰ ਨਿਕਲ ਸਕਦੇ ਹਾਂ ਤੁਸੀਂ ਆਪਣੇ ਆਪ ਗਏ ਜਾਂ ਤੁਹਾਨੂੰ ਦੱਸਿਆ ਗਿਆ ਐਮਬੈਸੀ ਵੱਲੋਂ ਕਿ ਤੁਸੀਂ ਇਹ ਰਾਸਤੇ ਬਾਹਰ ਨਿਕਲੋ ਨੇ ਐਦਾਂ ਹੋਇਆ ਸੀ ਜਿਵੇਂ ਅਸੀਂ ਅਸੀਂ ਮੈਂ ਇਹ ਵੀ ਐਡਵਾਈਸ ਕਰੂੰਗਾ ਗਰੁੱਪ ਦੇ ਵਿੱਚ ਜਿਵੇਂ ਹੁੰਦੇ 10 15 ਅਸੀਂ 15 20 ਗਰੁੱਪ ਦੇ ਵਿੱਚ ਸੀ ਤੇ ਅਸੀਂ ਇਹ ਕੋਸ਼ਿਸ਼ ਕਰਦੇ ਸੀ ਵੀ ਗਰੁੱਪ ਦੇ ਵਿੱਚੋਂ ਚਾਹੇ ਸਿਰਫ ਇੱਕ ਬੰਦੇ ਦਾ ਫੋਨ ਚਾਰਜ ਹੋਵੇ ਇੱਕ ਬੱਚੇ ਦਾ ਫੋਨ ਚਾਰਜ ਹੋਵੇ ਉਹ ਅੰਬੈਸੀ ਟ੍ਰਾਈ ਕਰਦੇ ਸੀ ਕੰਟੈਕਟ ਕਰਨ ਦੀ ਤਾਂ ਅੰਬੈਸੀ ਹੀ ਸਾਨੂੰ ਗਾਈਡ ਕਰਦੀ ਸੀ ਵੀ ਤੁਸੀਂ ਐਦਾਂ ਕਰੋ ਤੇ ਤੁਸੀਂ ਆਹ ਬਾਰਡਰ ਤੋਂ ਜਾਂ ਐਦਾਂ ਟ੍ਰਾਈ ਕਰੋ ਐਦਾਂ ਟ੍ਰਾਈ ਕਰੋ ਤੇ ਨਾਲ ਉਹ ਦਾ ਕੈਨਨ ਹੁੰਦੇ ਸੀਗੇ ਵੀ ਬਾਕੀਆਂ ਨੂੰ ਵੀ ਕੰਟੈਕਟ ਕਰੋ ਕਿਉਂਕਿ ਉਹਨਾਂ ਨੂੰ ਵੀ ਪਤਾ ਸੀਗਾ ਵੀ ਸਾਡੇ ਕੋਲ ਚਾਰਜਿੰਗ ਦੀ ਬਹੁਤ ਪ੍ਰੋਬਲਮ ਹੋ ਰਹੀ ਹੈ ਫੋਨ ਦੀ ਤਾਂ ਸਾਨੂੰ ਇਹ ਕਹਿੰਦੇ ਹੁੰਦੇ ਸੀ ਵੀ ਤੁਸੀਂ ਵੀ ਪਲੀਜ਼ ਟਰਾਈ ਕਰੋ ਅੱਗੇ ਬੱਚਿਆਂ ਨੂੰ ਕਨਵੇ ਕਰਨ ਦੀ ਵੀ ਤੁਸੀਂ ਐਦਾਂ ਆਣਾ ਐਦਾਂ ਨਹੀਂ ਆ ਐਦਾਂ ਨਹੀਂ ਕਰਨਾ ਜਿਹੜਾ ਪੋਲੈਂਡ ਦਾ ਬਾਰਡਰ ਹੈ ਜਿਸ ਜਿਸ ਰਸਤੇ ਬੱਚੇ ਬਾਹਰ ਨਿਕਲ ਰਹੇ ਨੇ ਉੱਥੋਂ ਇੱਕ ਤਸਵੀਰਾਂ ਸਾਹਮਣੇ ਆਉਂਦੀਆਂ ਸੀ ਬੱਚੀਆਂ ਸੀ ਜਿਹੜੀਆਂ ਕੁੜੀਆਂ ਉਹ ਕਹਿ ਰਹੀਆਂ ਸੀ ਕਿ ਉਹਨਾਂ ਦੇ ਉੱਪਰ ਜਿਹੜੇ ਉੱਥੋਂ ਦੇ ਜਿਹੜੇ ਸੈਨਿਕ ਨੇ ਜਾਂ ਉੱਥੇ ਜਿਹੜੇ ਬਾਰਡਰ ਦੇ ਉੱਪਰ ਜਿਹੜੇ ਸੁਰੱਖਿਆ ਕਰਮੀ ਲਾਏ ਗਏ ਨੇ ਉਹ ਲਾਠੀ ਚਾਰਜ ਜਾਂ ਐਦਾਂ ਦਾ ਕੁਝ ਹੁੰਦਾ ਸੀ ਉਹ ਹੋ ਰਿਹਾ ਸੀ ਉੱਥੇ ਜਾਂ ਕਿਵੇਂ ਆ ਹਾਂਜੀ ਲਾਠੀ ਚਾਰਜ ਹੋ ਰਿਆ ਸੀ ਉੱਥੇ ਉਹ ਕਰ ਰਹੇ ਸੀਗੇ ਕਿਉਂਕਿ ਉਹ ਮਤਲਬ ਐ ਸੀਗਾ ਬੱਚੇ ਹੁਣ ਕੁਝ ਵੀ ਹੋਵੇ ਬੱਚੇ ਤਾਂ ਟਰਾਈ ਕਰਦੇ ਆ ਵੀ ਹਾਂ ਅਸੀਂ ਬਾਰਡਰ ਕ੍ਰੋਸ ਕਰ ਲੀਏ ਬਾਰਡਰ ਕ੍ਰੋਸ ਕਰ ਲਏ ਹੁਣ ਪਿੱਛੇ ਤੁਸੀਂ ਕਹਿ ਰਹੇ ਮਤਲਬ ਐ ਦੇਖੋ 10000 ਬੱਚਾ ਲਾਈਨ ਚ ਲੱਗਿਆ ਹੋਇਆ ਤੇ ਤੁਸੀਂ ਇੱਕ ਇੱਕ ਕਰਕੇ ਅੰਦਰ ਭੇਜ ਰਹੇ ਹੋ ਉਹ ਵੀ ਫਿਰ ਉਸ ਤੋਂ ਬਾਅਦ ਕੰਟਾ ਕੰਟਾ ਵੇਟ ਕਰਾ ਰਹੇ ਹੁੰਦਾ ਹਰ ਕੋਈ ਟਰਾਈ ਕਰਦਾ ਵੀ ਅਸੀਂ ਜਲਦੀ ਜਾਈਏ ਅੰਦਰ ਤੇ ਕੁਝ ਬੱਚੇ ਹੁੰਦੇ ਆ ਵਿੱਚ ਦੀ ਮਤਲਬ ਤੱਕੇ ਨਾਲ ਵੀ ਹਾਂ ਅਸੀਂ ਜਾਣਾ ਹੀ ਜਾਣਾ ਅੰਦਰ ਰਿਕੁਐਸਟ ਕਰ ਲਈਏ ਜਾਂ ਕੁਝ ਮਾੜੀ ਹਲਚਲ ਹੋ ਜੇ ਲਾਈਨ ਚੋਂ ਬਾਹਰ ਹੋ ਜੇ ਤਾਂ ਡਰ ਕੇ ਲਿਆ ਡਰ ਹੁੰਦਾ ਕਿ ਸਿੱਧੀ ਸਿੱਧੀ ਸੇਫ ਜਗ੍ਹਾ ਚਾਹੀਏ ਹਾਂ ਡਰ ਵੀ ਲਗਾ ਲੋ ਵੀ ਹਾਂ ਉਹਨਾਂ ਦਾ ਡਰ ਵੀ ਸੀ ਹੁਣ ਤੁਸੀਂ ਆਪ ਦੇਖੋ ਡੰਡਾ ਲੈ ਕੇ ਪੁਲਿਸ ਵਾਲਾ ਤੁਹਾਡੇ ਸਾਹਮਣੇ ਆ ਰਿਹਾ ਤੁਸੀਂ ਓਬਵੀਅਸ ਆ ਡਰੋਗੇ ਵੀ ਸਾਹਮਣੇ ਐਨਾ ਵੱਡਾ ਡੰਡਾ ਲੈ ਕੇ ਆ ਰਿਹਾ ਤੁਹਾਡੇ ਜਾਂ ਤੁਹਾਡੇ ਕੋਲ ਨਹੀਂ ਕੁਝ ਮਤਲਬ ਤੋਂ ਉਹ ਉਧਰੋਂ ਗਾਲਾਂ ਕੱਢ ਰਹੇ ਆ ਜਾਂ ਇੱਕਦਮ ਭਗੜੜ ਹੋ ਗਈ ਉੱਥੇ ਤਾਂ ਆਬਵੀਸਾ ਪੁਲਿਸ ਵਾਲੇ ਮਾਰ ਰਹੇ ਸੀ ਸਾਰਨ ਉੱਥੇ ਤੁਹਾਡੇ ਹਿਸਾਬ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਸਭ ਤੋਂ ਵੱਧ ਪੜਨ ਲੱਗਿਆ ਤੁਹਾਨੂੰ ਕਿ ਜਿਹੜਾ ਇਹ ਖਤਰਨਾਕ ਸੀ ਜਾਂ ਬੜਾ ਮੁਸ਼ਕਲ ਸੀ ਜਿਹੜਾ ਤੁਸੀਂ ਉੱਥੋਂ ਲੰਘਾਇਆ ਖਤਰਨਾਕ ਪਲ ਤਾਂ ਹੈ ਸੀਗਾ ਜਦੋਂ ਬੱਚੇ ਨੂੰ ਖਾਣਾ ਪਾਣੀ ਖਾਣਾ ਨਹੀਂ ਮਿਲਦਾ ਜਾਂ ਖਾਣਾ ਛੱਡੋ ਪੀਣ ਨੂੰ ਪਾਣੀ ਨਹੀਂ ਮਿਲਦਾ ਤਾਂ ਉਹ ਸੋਚ ਕੇ ਰਹਨ ਉਹਨੇ ਵੀ ਅਸੀਂ ਕਿੰਨੇ ਕ ਦਿਨ ਤੱਕ ਅਸੀਂ ਕੌਨਸ਼ੀਅਸ ਰਹਾਂਗੇ ਵੀ ਸਾਨੂੰ ਕਿਤੋਂ ਤੱਕ ਲੱਗਿਆ ਰਹੇਗਾ ਵੀ ਹਾਂ ਅਸੀਂ ਲਾਈਨ 'ਚ ਲੱਗੇ ਹੋਏ ਆਂ ਨੈਕਸਟ ਮੈਕਸ 3 ਦਿਨ 4 ਦਿਨ ਕਿਉਂਕਿ 4-5 ਦਿਨ ਬਾਅਦ ਅਸੀਂ ਇਹ ਵੀ ਦੇਖਿਆ ਬੱਚੇ ਉੱਥੇ ਬੇਹੋਸ਼ ਹੋ ਕੇ ਪਏ ਆਂ 언ਕੌਨਸ਼ੀਅਸ ਪਏ ਆਂ ਉੱਥੇ ਅਸੀਂ ਉਹ ਚੀਜ਼ ਵੀ ਦੇਖਿਆ ਬੱਚਿਆਂ ਦੇ ਵਿੱਚ ਖਾਣ ਪੀਣ ਕਰਕੇ ਬੱਚੇ ਬੇਹੋਸ਼ ਹੋਏ ਹਾਂਜੀ ਖਾਣ ਪੀਣ ਕਰਕੇ ਬੱਚੇ ਬੇਹੋਸ਼ ਹੋਏ ਸਾਨੂੰ ਅਸੀਂ ਐਮਬੈਸੀ ਨਾਲ ਫਿਰ ਕੰਟੈਕਟ ਕੀਤਾ ਖਾਣ ਪੀਣ ਦਾ ਉਹ ਵੀ ਐਮਬੈਸੀ ਨੇ ਸਾਨੂੰ ਖਾਣੇ ਪੀਣ ਦੀ ਕਬੱਡੀ ਗੱਲ ਕਹਿ ਰਿਹਾ ਫਿਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਸੀ ਕਿਉਂਕਿ ਇੱਕ ਤਾਂ ਇਹ ਜਦੋਂ ਜਹਾਜ਼ ਲੱਗੀ ਸੀ ਅਸੀਂ ਬਾਰਡਰ ਵੱਲ ਜਾਣਾ ਇੱਕ ਤੁਸੀਂ ਉੱਥੇ ਤੁਹਾਨੂੰ ਖਾਣਾ ਨਹੀਂ ਮਿਲ ਰਿਹਾ ਤੁਸੀਂ ਬੇਹੋਸ਼ ਹੋ ਰਹੇ ਫਿਰ ਉਹ ਬੱਚਿਆਂ ਦਾ ਕਿਸ ਤਰ੍ਹਾਂ ਜਿਹੜਾ ਟ੍ਰੀਟਮੈਂਟ ਹੁੰਦਾ ਸੀ ਜਾਂ ਉਹਨਾਂ ਨੂੰ ਦੇਖ ਰਹੇ ਕਿਵੇਂ ਹੁੰਦੇ ਸੀ ਜਾਂ ਜਾਂ ਖੁਦ ਉਹਨਾਂ ਦੇ ਆਪਣੇ ਸਾਥੀ ਨਹੀਂ ਐਦਾਂ ਹੁੰਦਾ ਸੀਗਾ ਦੇਖੋ ਯੂਕਰੇਨ ਪੁਲਿਸ ਬਾਰਡਰ ਜਿਹੜੀ ਸੀ ਉਹ ਤਾਂ ਬਾਰਡਰ ਦੀ ਪੁਲਿਸ ਤਾਂ ਨਹੀਂ ਹੈਲਪ ਕਰ ਰਹੀ ਸੀ ਪਰ ਜਿਸ ਬਾਰਡਰ ਦੇ ਉੱਤੇ ਆਬਵੀਅਸ ਹਸਪੀਟਲ ਹੁੰਦੇ ਹਨ ਤੇ ਬੱਚਿਆਂ ਦੇ ਕੋਲ ਖੁਦ ਮੈਡੀਕਲ ਫੈਸਿਲਿਟੀਆਂ ਵੀ ਹੁੰਦੀਆਂ ਜਿਵੇਂ ਅਸੀਂ ਮੈਡੀਸਿਨਸ ਵਗੈਰਾ ਲੈ ਕੇ ਜਾਂਦੇ ਆ ਤਾਂ ਆਬਵੀਅਸਾ ਸਿਵਿਲੈਂਸ ਜਿਹੜੇ ਉੱਧਰ ਦੇ ਸੀਗੇ ਉਹ ਸਾਨੂੰ ਹੈਲਪ ਕਰ ਰਹੇ ਸੀਗੇ ਵੀ ਰੈਜ਼ਿਡੈਂਸ ਦੇ ਵਿੱਚ ਬੱਚਿਆਂ ਨੂੰ ਰੱਖਣਾ ਜਿਵੇਂ ਕੋਈ ਬੇਹੋਸ਼ ਹੋ ਗਿਆ ਤਾਂ ਉਹਨੂੰ ਉਹਨਾਂ ਉਹਨਾਂ ਨੂੰ ਹੈਲਪ ਮੰਗ ਕੇ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਮੈਡੀਸਿਨਸ ਨਾਲ ਉਹਨਾਂ ਨੂੰ ਟਰੀਟ ਕਰਨਾ ਡਾਕਟਰਸ ਆ ਰਹੇ ਉੱਥੇ ਐਂਬੂਲੈਂਸ ਚੱਲ ਰਹੀ ਹੈ ਇਹ ਸਭ ਚੱਲ ਰਿਹਾ ਸੀ ਉੱਥੇ ਤੇ ਅਸੀਂ ਐਮਬੈਸੀ ਨੂੰ ਵੀ ਮਤਲਬ ਜਿੰਨਾ ਇਨਫੋਰਮ ਹੋ ਸਕਦਾ ਸੀ ਬੱਚੇ ਦਾ ਇਨਫੋਰਮ ਕਰ ਰਹੇ ਸੀ ਡਿਟੇਲ ਦੇ ਕੇ ਵੀ ਹਾਂ ਬੱਚਾ ਹਮਲਾ ਉੱਥੇ ਦਿਨ ਟਾਈਮ ਹੁੰਦਾ ਸੀ ਜਾਂਦੇ ਜਾਂ ਰਾਤ ਟਾਈਮ ਹ ਇਹ ਮਿਡਨਾਈਟ ਦੇ ਵਿੱਚ ਅਸੀਂ ਮੋਸਟਲੀ ਮਿਡਨਾਈਟ ਦੇ ਵਿੱਚ ਹੀ ਸੁਣਿਆ ਵੀ ਮਿਡਨਾਈਟ ਦੇ ਵਿੱਚ ਹਮਲੇ ਹੋ ਰਹੇ ਹਨ ਪਰ ਲਾਸਟ 2-3 ਦਿਨ ਦੇ ਵਿੱਚ ਤਾਂ ਅਸੀਂ ਡੇ ਦੇ ਵਿੱਚ ਵੀ ਦੇਖਿਆ ਵੀ ਡੇ ਦੇ ਵਿੱਚ ਵੀ ਜਿੱਥੇ ਤੁਸੀਂ ਰਹਿੰਦੇ ਸੀ ਜਿੱਥੇ ਤੁਸੀਂ ਰਹਿੰਦੇ ਸੀ ਉਹਤੇ ਏਰੀਆ ਚ ਉਥੇ ਆਸ-ਪਾਸ ਤੁਸੀਂ ਸੁਣਿਆ ਕਦੇ ਇਹ ਤਮਾਕੀ ਦੀਆਂ ਆਵਾਜ਼ਾਂ ਜਾਂ ਫਿਰ ਕੋਈ ਜਿਵੇਂ ਕਿ ਜਿਹੜੀ ਉਹਨਾਂ ਦੀ ਜਿਹੜੀ ਕੈਪੀਟਲ ਆ ਸਿਰਫ ਉੱਥੇ ਹੀ ਜ਼ਿਆਦਾਤਰ ਦੇਖਣ ਨੂੰ ਮਿਲ ਰਿਹਾ ਨਹੀਂ ਮੈਂ ਜ਼ਿਆਦਾਤਰ ਕੈਪੀਟਲ ਦਾ ਜਾਂ ਜਿਹੜੇ ਰਸ਼ੀਆ ਸਾਈਡ ਸਿਟੀਜ਼ ਹਨ ਉਧਰ ਦਾ ਸੁਣਿਆ ਸੀਗਾ ਇੱਧਰ ਦਾ ਮੈਂ ਨਹੀਂ ਸੁਣਿਆ ਹਾਲੇ ਤੱਕ ਤੁਸੀਂ ਉਹਨਾਂ ਦੀ ਕੈਪੀਟਲ ਤੋਂ ਕਿੰਨੀ ਦੂਰ ਸੀ ਮੈਂ 200 2 ਦੋਸਤਾ 2 ਕਿਲੋਮੀਟਰ ਦੇ ਨੇੜੇ ਤੁਹਾਡੇ ਵਾਲੇ ਜਿੱਥੇ ਤੁਸੀਂ ਹੈਗੇ ਸੀ ਉੱਥੇ ਸੇਫ ਸੀ ਜ਼ਿਆਦਾ ਹਾਂ ਹਾਲੇ ਤੱਕ ਤਾਂ ਸੇਫ ਸੀਗਾ ਪਰ ਮਤਲਬ ਇੱਦਾਂ ਸਾਇਰਨ ਉੱਧਰ ਵੀ ਵੱਜਦੇ ਸੀ ਸੇਫ ਤਾਂ ਕੋਈ ਸੀਟੀ ਵੀ ਨਹੀਂ ਸੀ ਕਿਉਂਕਿ ਜੇ ਸਾਇਰਨ ਵੱਜ ਗਿਆ ਤਾਂ ਆਬਵੀਅਸਲੀ ਡੇਂਜਰ ਹੋਣਾ ਜ਼ਰੂਰ ਉੱਤੇ ਵੀ ਹੈ ਵੀ ਹਾਂ ਤੁਹਾਡੀ ਸੀਟੀ ਵੀ ਜਾ ਸਕਦਾ ਜਿਹੜੇ ਇੰਡੀਅਨ ਬੱਚੇ ਨੇ ਜਾਂ ਆਪਾਂ ਕਹਿ ਲਈਏ ਜਾਂ ਪੰਜਾਬ ਦੇ ਆਪਾਂ ਗੱਲ ਕਰੀਏ ਪੰਜਾਬ ਦੇ ਬੱਚੇ ਨੇ ਉਹ ਕਿਸ ਸਾਈਡ ਜ਼ਿਆਦਾ ਨੇ ਮਤਲਬ ਕਿ ਉਹ ਜਿਹੜੀ ਉਹਨਾਂ ਦੀ ਕੈਪੀਟਲ ਸਾਈਡ ਜ਼ਿਆਦਾ ਨੇ ਜਾਂ ਜਿੱਥੇ ਤੁਸੀਂ ਸੀ ਉਹ ਸਾਈਡ ਜ਼ਿਆਦਾ ਨੇ ਉਹ ਕੈਪੀਟਲ ਸਾਈਡ ਜ਼ਿਆਦਾ ਹੈ ਕੈਪੀਟਲ ਤੋਂ ਫਿਰ ਈਸਟਰਨ ਸਾਈਡ ਉਥੋਂ ਬਾਰਡਰ ਤੱਕ ਦਾ ਉਥੋਂ ਉਥੋਂ ਬਾਰਡਰ ਤੱਕ ਦਾ ਰਸਤਾ ਕਿੰਨਾ ਬਣਦਾ 700 800 ਕਿਲੋਮੀਟਰ ਦੇ ਨੇੜੇ ਹੋਏਗਾ ਉਹ ਸਫ਼ਰ ਕਿਵੇਂ ਬੱਚੇ ਕਿਵੇਂ ਕਿਉਂਕਿ ਉਹਨਾਂ ਦੇ ਮਾਤਾ ਪਿਤਾ ਨੇ ਚਿੰਤਾ ਜ਼ਰੂਰ ਹੋਏਗੀ 7-800 ਕਿਲੋਮੀਟਰ ਦਾ ਕੀ ਈਜ਼ੀ ਉੱਥੇ ਕੋਈ ਸਾਧਨ ਮਿਲਦਾ ਉਹਨਾਂ ਨੂੰ ਉਥੋਂ ਬਾਰਡਰ ਤੱਕ ਜਾਣ ਦਾ ਜਾਂ ਨਹੀਂ ਹੈਗਾ ਦੇਖੋ ਇੱਕ ਤਾਂ ਹੁੰਦਾ ਐਮਬੈਸੀ ਨੇ ਜਿਵੇਂ ਹੁਣ ਵੀ ਸਾਡੇ ਕੋਲ ਆਬਵੀਅਸਲੀ ਗਰੁੱਪਸ ਦੇ ਵਿੱਚ ਤਾਂ ਹੈਗੀਆਂ WhatsApp ਗਰੁੱਪਸ ਦੇ ਵਿੱਚ ਤਾਂ ਐਮਬੈਸੀ ਸ਼ੈਡਿਊਲ ਕਰਦੀ ਹੈ ਬੱਸਿਸ ਦਾ ਸ਼ੈਡਿਊਲ ਕਰ ਰਹੀ ਹਾਂ ਨਾਲੇ ਸਾਰਾ ਪ੍ਰਾਈਵੇਟ ਬੱਸਿਸ ਦਾ ਇਨਫੋਰਮੇਸ਼ਨ ਦੇ ਰਹੀ ਹੈ ਵੀ ਹਾਂ ਇਸ ਟਾਈਮ ਦੇ ਵਿੱਚ ਇਹ ਜਾ ਰਹੇ ਉਸ ਤੋਂ ਬਾਅਦ ਫਿਰ ਹੁੰਦੇ ਆ ਵੋਲੰਟੀਅਰਜ਼ ਹੋ ਜਾਂਦੇ ਆ ਜਿਵੇਂ ਯੂਕਰੇਨੀਅਨ ਕੰਟਰੈਕਟਰ ਐਜ਼ ਅ ਵੋਲੰਟੀਅਰਜ਼ ਆ ਜਾਂਦੇ ਆ ਵੀ ਅਸੀਂ ਆਪਣੇ ਛੱਡ ਕੇ ਆਵਾਂਗੇ ਬੱਚਿਆਂ ਨੂੰ ਜਾਂ ਬੱਸਿਸ ਰਾਹੀਂ ਫਿਰ ਯੂਕਰੇਨੀਅਨ ਵੋਲੰਟੀਅਰਜ਼ ਮਤਲਬ ਹਰ ਪਾਸਿਓਂ ਹਰ ਬੰਦਾ ਉੱਥੇ ਟਰਾਈ ਕਰ ਰਿਹਾ ਵੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਵੈਕੂਏਟ ਕਰਵਾਇਆ ਜਾਵੇ ਹੁਣ ਕਿੰਨੇ ਸਟੂਡੈਂਟ ਉੱਥੇ ਹੋਣਗੇ ਜਿਹੜੇ ਤੁਹਾਡੇ ਆਸ-ਪਾਸ ਜਾਂ ਤੁਹਾਡੇ ਸਾਥੀ ਸੀ ਜਿਹੜੇ ਉੱਥੇ ਰਹੇ ਨੇ ਬਾਰਡਰ ਦੇ ਉੱਤੇ ਤਾਂ ਹਲੇ ਵੀ ਥੋੜੇ-ਬਹੁਤ ਫਸੇ ਹੋਏ ਆ ਪਰ ਜਿੱਥੇ ਕਈ ਯੂਕਰੇਨ ਦੇ ਵਿੱਚ ਜਿਹੜੇ ਫਸੇ ਹੋਏ ਆ ਮਤਲਬ ਮੇਰੇ ਅਕੋਰਡਿੰਗ ਤਾਂ ਹੁਣ ਘੱਟ ਹੀ ਬੱਚੇ ਬਚੇ ਹੋਣੇ ਉੱਥੇ ਪਰ ਕੁਝ ਸਿਟੀ ਦੇ ਵਿੱਚ ਹੈ ਜਿੱਥੇ ਦੀ ਸੁਣਿਆ ਹਲੇ ਵੀ ਬੱਚੇ ਫਸੇ ਹੋਏ ਆ ਤੇ ਉੱਥੇ ਰਸ਼ੀਅਨ ਆਰਮੀ ਬਾਰਡਰ ਤੱਕ ਜਾਣ ਲਈ ਜਵੇਂ ਤੁਸੀਂ ਕਹਿੰਦੇ ਸੀ ਕਿ ਕਾਫੀ ਲੰਮਾ ਜਾਮ ਜਿਹੜਾ ਵਗੈਰਾ ਉੱਥੇ ਲੱਗਦਾ ਹੈ ਹਾਂਜੀ ਲੰਬਾ ਜਾਮ ਲੱਗਦਾ 30 ਕਿਲੋਮੀਟਰ ਮੈਂ ਮੈਂ ਜਦੋਂ ਗਿਆ ਸੀ ਤਾਂ 60 ਕਿਲੋਮੀਟਰ ਦਾ ਲੰਬਾ ਜਾਮ ਲੱਗਿਆ ਹੋਇਆ ਸੀ ਤਾਂ ਅਸੀਂ 30 ਕਿਲੋਮੀਟਰ ਪੈਦਲ ਆਪਣਾ ਸਫ਼ਰ ਤੈਅ ਕੀਤਾ ਸੀਗਾ ਵੀ ਪੈਦਲ ਜਾ ਕੇ ਜਾਵਾਂਗੇ ਜਾਣਾ ਤਾਂ ਹੈ ਹੀ ਸੀ ਕਿਉਂਕਿ ਹੁਣ ਜਾਣ ਤੋਂ ਵੱਧ ਕੇ ਤਾਂ ਕੁਝ ਹੁੰਦਾ ਨਹੀਂ ਤਾਂ 30 ਕਿਲੋਮੀਟਰ ਚੱਲਣਾ ਪਿਆ ਸਾਨੂੰ ਉੱਪਰ ਤੱਕ ਜ਼ਿਆਦਾਤਰ ਸਟੂਡੈਂਟਾਂ ਦੇ ਨਾਲ ਜਦੋਂ ਗੱਲਬਾਤ ਫੋਨ ਤੇ ਉੱਪਰ ਹੋਈ ਹੈ ਜਾਂ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਇੱਕ ਇੱਕ ਸਾਡੇ ਬੱਚੇ 1800 ਕਿਲੋਮੀਟਰ ਦੂਰ ਜਾਣ ਲਈ ਮੁਸ਼ਕਲ ਨੇ ਉਹ ਕਹਿ ਰਹੇ ਨੇ ਕਿ ਨਾ ਸਾਧਨ ਮਿਲ ਰਹੇ ਆ ਨਾ ਕੋਈ ਟ੍ਰੇਨ ਆ ਜਿਹੜੀ ਉੱਥੇ ਲੋਕਲ ਟਰਾਂਸਪੋਰਟ ਉੱਥੇ ਦੀ ਚੱਲਦੀ ਹੈ ਟ੍ਰੇਨ ਜਾਂ ਬੱਸਾਂ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਉਹਨਾਂ ਦੇ ਵਿੱਚ ਉਹਨਾਂ ਨੂੰ ਜਗ੍ਹਾ ਨਹੀਂ ਮਿਲ ਰਹੀ ਜਾਂ ਉਹ ਨਹੀਂ ਚੱਲ ਰਹੀਆਂ ਜਾਂ ਫਿਰ ਜਿਹੜੇ ਪੁਲ ਨੇ ਉਹ ਤੋੜ ਦਿੱਤੇ ਗਏ ਨੇ ਨਹੀਂ ਕੁਝ ਸਿਟੀਜ਼ ਦੇ ਵਿੱਚ ਮੈਂ ਵੀ ਸੁਣਿਆ ਵੀ ਉਹਨਾਂ ਨੇ ਜਿਵੇਂ ਰੇਲ ਤੋੜਤੀਆਂ ਟੁੱਟ ਗਈਆਂ ਲਿਆ ਲਾਈਨਸ ਨਹੀਂ ਚੱਲ ਰਹੀਆਂ ਜਾਂ ਇੱਕਦਮ ਜਿਵੇਂ ਟ੍ਰੇਨ ਆ ਰਹੀ ਹੈ ਪਰ ਆਂਦੀ ਇੱਕਦਮ ਸੁਣਨ ਚਾਹੁੰਦਾ ਵੀ ਕੈਂਸਲ ਹੋ ਚੁੱਕੀ ਹੈ ਵੀ ਇੱਕਦਮ ਐਮਰਜੈਂਸੀ ਸਿਚੁਏਸ਼ਨ ਹੋ ਚੁੱਕੀ ਹੈ ਤਾ ਮੈਂ ਬਸ ਇਨਾ ਕਹੂੰਗਾ ਬੱਚਿਆਂ ਨੂੰ ਵੀ ਆਪਣੇ ਵੱਲੋਂ ਟਰਾਈ ਕਰਦੇ ਰਹਿਣਾ ਚਾਹੀਦਾ ਵੀ ਟਰਾਈ ਕਰਨ ਵੀ ਕੋਈ ਨਾ ਕੋਈ ਕੋਈ ਨਾ ਕੋਈ ਕਦੇ ਨਾ ਕਦੇ ਕੋਈ ਨਾ ਕੋਈ ਸਿਵਿਲਿਅਨ ਹੁੰਦਾ ਉਹ ਹੈਲਪ ਕਰ ਦਿੰਦੇ ਆ ਵੀ ਕੋਈ ਟੈਕਸੀ ਅਰੇਂਜ ਹੋ ਜਾਂਦੀ ਹੈ ਕੁਝ ਵੀ ਅਰੇਂਜ ਹੋ ਹੋ ਜਾਂਦਾ ਹੈ ਤੇ ਕਈ ਵਾਰੀ ਗਵਰਨਮੈਂਟ ਐ ਵੀ ਕਹਿ ਰਹੀ ਹੈ ਬੱਚਿਆਂ ਨੂੰ ਵੀ ਟਰਾਈ ਕਰਕੇ ਦੇਖਣ ਵੀ ਸ਼ਾਇਦ ਕਿਸੇ ਐਸੇ ਏਰੀਆਜ਼ ਨਿਕਲ ਜਾਣ ਜਿੱਥੇ ਮਤਲਬ ਹਾਂ ਵੀ ਟੈਕਸੀ ਵਗੈਰਾ ਮਿਲਣਾ ਆਸਾਨ ਹੋ ਜਾਏ ਮਤਲਬ ਇਨ ਬਿਟਵੀਨ ਸਿਟੀਜ਼ ਦੇ ਵਿੱਚ ਨਾ ਰਹਿ ਕੇ ਥੋੜਾ ਸਿਟੀ ਦੇ ਆਊਟਰ ਦੇ ਵਿੱਚ ਮਿਲਣਾ ਆਸਾਨ ਹੋ ਜਾਂਦਾ ਅੱਜ ਕਿ ਮੈਂ ਅੱਜ ਬੇਟੇ ਨੂੰ ਲੈ ਕੇ ਆਇਆ ਹਾਂ ਤੁਸੀਂ ਖੁਦ 에ਰਪੋਰਟ ਗਿਓ ਕਿਉਂਕਿ ਇੱਕ ਮਾਂ ਜਾਣਦੀ ਹੁੰਦੀ ਹੈ ਕਿਸ ਤਰ੍ਹਾਂ ਦੀ ਉਹਦੀ ਪ੍ਰੇਸ਼ਾਨੀ ਪਾਹ ਜਾਂਦੀ ਹੈ ਜਦੋਂ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਬੇਟਾ ਹੋਵੇ ਹਾਂਜੀ ਅੱਜ ਬੇਟੇ ਨੂੰ ਲੈਣ ਮੈਂ ਵੀ ਗਈ ਸੀਗੀ ਮੇਰੇ ਨਾਲ ਮੇਰੀ ਬੇਟੀ ਗਈ ਸੀਗੀ ਛੋਟੀ ਤੇ ਬੜੀ ਵਾਲੀ ਬੇਟੀ ਉੱਥੇ 에ਰਪੋਰਟ ਤੇ ਡਾਇਰੈਕਟ ਸਾਨੂੰ ਮਿਲ ਗਈ ਸੀਗੀ ਤੇ ਖੁਸ਼ੀ ਬਹੁਤ ਹੈ ਜੋ ਅਸੀਂ ਮਤਲਬ ਮੀਡੀਆ ਰਾਹੀਂ ਦੇਖਦੇ ਆ ਰਹੇ ਸੀਗੇ ਟੀਵੀ ਤੇ ਉੱਪਰ ਨਿਊਜ਼ ਦੇਖਦੇ ਵੀ ਆ ਰਹੇ ਸੀ ਸੁਣਦੇ ਆ ਰਹੇ ਸੀ ਤਾਂ ਇੱਕ ਬੇਚੈਨੀ ਜੀ ਅੰਦਰ ਜ਼ਰੂਰ ਸੀਗੀ ਬਹੁਤ ਜ਼ਿਆਦਾ ਡਰ ਇੱਕ ਸਹਿਮ ਦਾ ਮਾਹੌਲ ਸੀਗਾ ਬਣਿਆ ਹੋਇਆ ਤੇ ਐਟ ਲਾਸਟ ਬਈ ਸਾਡੇ ਕੋਲ ਵਾਪਸ ਆ ਗਿਆ ਸਾਡਾ ਬੱਚਾ ਸੌਤੋ ਜਿਆਦਾ ਮੁਸ਼ਕਲ ਸਮਾਂ ਕਦੋਂ ਦੇਖਿਆ ਜਦੋਂ ਤੁਸੀਂ ਪਹਿਲਾਂ ਫੋਨ ਤੇ ਗੱਲਬਾਤ ਕਰਦੇ ਮੈਂ ਕਿਉਂਕਿ ਜਦੋਂ ਵੀਡੀਓ ਆਉਂਦੀ ਹੈ ਨਾ ਡਰ ਹੁੰਦਾ ਮਾਤਾ ਪਿਤਾ ਨੂੰ ਅਸਲੀ ਘਬਰਾ ਜਾਂਦੇ ਨੇ ਹੋ ਸਕਦਾ ਕਿ ਬੇਟਾ ਉਹ ਤੋਂ ਉਹ ਇਹ ਚੀਜ਼ਾਂ ਨਾ ਵੀ ਤੁਹਾਨੂੰ ਦੱਸਦਾ ਹੋਵੇ ਕਿ ਘਬਰਾ ਕੇ ਹਾਂਜੀ ਇਹ ਹੈਗਾ ਵੀਡੀਓ ਕਾਲ ਤਾਂ ਨਹੀਂ ਸੀ ਹੁੰਦੀ ਕਿਉਂਕਿ ਬੱਚਾ ਕੋਲ ਬੈਟਰੀ ਦਾ ਮੋਬਾਈਲ ਚਾਰਜਿੰਗ ਦੀ ਪ੍ਰੋਬਲਮ ਜ਼ਿਆਦਾ ਸੀਗੀ ਤੇ ਇਸ ਕਰਕੇ ਕੰਟੈਕਟ ਜਿਹੜਾ ਸੀਗਾ ਸਾਨੂੰ ਇਹ ਹੁੰਦਾ ਸੀਗਾ ਕਿ ਇੱਕ ਵਾਰ ਬੱਚੇ ਦੀ ਆਵਾਜ਼ ਸੁਣ ਲਈਏ ਥੋੜਾ ਜਿਆਦਾ ਨਹੀਂ ਪਤਾ ਲੱਗਦਾ ਵੀ ਉਹ ਠੀਕ ਠਾਕ ਹੈ ਤੇ ਜ਼ਿਆਦਾਤਰ ਬੱਚਿਆਂ ਨੂੰ ਜਿਹੜੀ ਪ੍ਰੋਬਲਮ ਆ ਰਹੀ ਸੀਗੀ ਮੇਨ ਖਾਣਾ ਪੀਣਾ ਵੀ ਬੱਚੇ ਇੱਕ ਦੋ ਹੱਥ ਤੱਕ ਇਸ ਹੱਥ ਤੱਕ ਟਾਇਲਟ ਕਰ ਸਕਦੇ ਆ ਜ਼ਿਆਦਾ ਤਾਂ ਨਹੀਂ ਲੇਕਿਨ ਇਹਨਾਂ ਨੂੰ ਮੇਨ ਜਿਹੜੀ ਸੀਗੀ ਯੂਕਰੇਨ ਬਾਰਡਰ ਕਰਾਸ ਕਰਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀਗੀ ਅੱਛਾ ਕਿਵੇਂ ਦੇਖਦੇ ਹਾਂ ਹੁਣ ਪੂਰੇ ਬੰਦੋਬਸਤ ਨੂੰ ਇੰਡੀਅਨ ਗਵਰਨਮੈਂਟ ਵੱਲੋਂ ਜਿਹੜੇ ਕੀਤੇ ਗਏ ਨੇ ਕਿਉਂਕਿ ਹਜੇ ਹੋਰ ਵੀ ਬੱਚੇ ਨੇ ਹੋਰ ਵੀ ਮਾਂ ਮਾਣੇ ਜਿਹੜੀ ਇੰਤਜ਼ਾਰ ਕਰ ਰਹੀਆਂ ਨੇ ਨੇਚਰਲੀ ਜੀ ਸਾਰੇ ਹੀ ਪੇਰੈਂਟਸ ਜਿਨ੍ਹਾਂ ਦੇ ਬੱਚੇ ਉੱਥੇ ਫਸੇ ਹੋਏ ਨੇ ਉਹ ਏਸੇ ਉਡੀਕ ਦੇ ਵਿੱਚ ਬੈਠੇ ਨੇ ਕਿ ਵੀ ਕਦੋਂ ਉਹਨਾਂ ਦੇ ਬੱਚੇ ਬਿਲਕੁਲ ਸੁਰੱਖਿਅਤ ਆਪਣੇ ਘਰਾਂ ਦੇ ਵਿੱਚ ਆ ਜਾਣਗੇ ਤੇ ਉਹ ਵੀ ਉਹਨਾਂ ਦੇ ਘਰ ਦੇ ਵਿੱਚ ਵੀ ਰੌਣਕਾਂ ਲੱਗਣ ਤੇ ਮੈਂ ਇਹੀ ਕਹੂੰਗੀ ਕਿ ਵੀ ਐਫਰਟਸ ਕੀਤੇ ਗਏ ਨੇ ਜੋ ਫਲਾਈਟਸ ਰਾਹੀਂ ਬੱਚਾ ਨੂੰ ਲੈ ਕੇ ਆਇਆ ਜਾ ਰਿਹਾ ਹੈ ਇਵੈਕੂਏਟ ਕੀਤਾ ਜਾ ਰਿਹਾ ਹੈਗਾ ਪਰ ਇਹ ਵੀ ਇਹ ਜਿਹੜਾ ਪ੍ਰੋਸੈਸ ਹੈਗਾ ਇਹ ਥੋੜਾ ਜਿਹਾ अर्ਲੀ ਅਗਰ ਹੈ ਹੋ ਜਾਂਦਾ ਤੇ ਜਿਆਦਾ ਬੱਚੇ ਜਿਹੜੇ ਸੀਗੇ ਇਵੈਕੂਏਟ ਹੁਣ ਤੱਕ ਹੋ ਜਾਂਦੇ ਸ਼ਾਇਦ ਇਹ ਇੰਨਾ ਸਟ्रेस ਬੱਚਾਂ ਦੇ ਵਿੱਚ ਨਾ ਹੁੰਦਾ ਤੇ ਹੁਣ ਵੀ ਹਾਲੇ ਵੀ ਮੈਂ ਇਹੀ ਰਿਕੁਐਸਟ ਕਰੂੰਗੀ ਗਵਰਨਮੈਂਟ ਨੂੰ ਤੇ ਕਿ ਵੀ ਜਿਆਦਾ ਤੋਂ ਜਿਆਦਾ ਬੱਚੇ ਜਿਹੜੇ ਨੇ 에ਅਰ ਲਿਫਟ ਕੀਤੇ ਜਾਣ ਔਰ ਜਲਦੀ ਹੀ ਉਹ ਬੱਚੇ ਮਤਲਬ ਜੇ ਸਟ्रेस ਫ੍ਰੀ ਹੋ ਜਾਣ ਤੇ ਉਹਨਾਂ ਦੇ ਪੇਰੈਂਟਸ ਵੀ ਬੇਟਾ ਦੱਸ ਰਿਹਾ ਸੀ ਕਿ ਉੱਥੇ ਬੱਚੇ ਜਦੋਂ ਬਾਰਡਰ ਤੇ ਆ ਰਹੇ ਨੇ ਉਹਨਾਂ ਦੇ ਨਾਲ ਜਿਹੜੀ ਕਹਿ ਸਕਦੇ ਆ ਮਾਰਪਟਾਈ ਵੀ ਹੋ ਰਹੀ ਆ ਜਦੋਂ ਉੱਥੇ ਪੋਰਟਸ ਨਾਲ ਕਰੰਟ ਤੱਕ ਲਾਉਣ ਦੀ ਤੁਹਾਨੂੰ ਦੱਸਿਆ ਗਿਆ ਕਿ ਲਾਸਟ ਟਾਈਮ ਤਾਂ ਇਹ ਵੀ ਯੂਜ਼ ਕੀਤਾ ਗਿਆ ਜਦੋਂ ਭੀੜ ਵੱਜ ਜਾਂਦੀ ਸੀ ਬਾਰਡਰ ਤੋਂ ਕਿਤਨਾ ਕਿਤੇ ਚਿੰਤਾ ਬਤਾ ਦਿੰਦੀ ਸੀ ਇਹ ਗੱਲਾਂ ਜਦੋਂ ਮਾਰਕਟ ਦੀ ਗੱਲ ਸੁਣਦੇ ਆ ਤਾਂ ਚਿੰਤਾ ਤਾਂ ਹੁੰਦੀ ਹੀ ਆ ਜੀ ਹਰ ਪੇਰੈਂਟਸ ਆਪਣੇ ਬੱਚਿਆਂ ਨੂੰ ਬੜੇ ਪਿਆਰ ਨਾਲ ਰੱਖਦੇ ਹੁੰਦੇ ਨੇ ਔਰ ਵਿਦਆਊਟ ਐਨੀ ਕੌਜ਼ ਬੱਚਿਆਂ ਦਾ ਤਾਂ ਕੋਈ ਕਸੂਰ ਨਹੀਂ ਆ ਬੱਚੇ ਤਾਂ ਇੱਕ ਸਿਰਫ ਬਾਰਡਰ ਹੀ ਕਰਾਸ ਕਰਨਾ ਚਾਹੁੰਦੇ ਆ ਔਰ ਆਪਣਾ ਸੇਫ ਜ਼ੋਨ ਦੇ ਵਿੱਚ ਜਾਣਾ ਚਾਹੁੰਦੇ ਆ ਜਿੱਥੇ ਕਿ ਉਹਨਾਂ ਨੂੰ ਈਵੇਕੂਏਟ ਹੋਣਾ ਹੈਗਾ ਨੇ ਨੈਚੁਰਲੀ ਇਸ ਦੇ ਵਿੱਚ ਡਰਤਾ ਬਹੁਤ ਲੱਗਦਾ ਹੁੰਦਾ ਹੈ ਹਰ ਪਲ ਹਰ ਪੇਰੈਂਟਸ ਨੂੰ ਡਰ ਲੱਗਦਾ ਹੈ ਵੀ ਕਿਉਂ ਇਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਉਹਨਾਂ ਬੱਚਾਂ ਦਾ ਤਾਂ ਕੋਈ ਬਿਲਕੁਲ ਇਹ ਸੰ ਧੀਰਜ ਜੋ ਕਿ 2017 18 ਦੇ ਵਿੱਚ ਜਿਹੜਾ ਕਹਿ ਸਕਦੇ ਆ ਯੂਕਰੇਨ ਗਏ ਸੀ ਐਮਬੀਬੀਐਸ ਦੀ ਪੜਾਈ ਕਰਨ ਤਾਂ ਅੱਜ ਘਰ ਵਾਪਸੀ ਹੋਈ ਹੈ ਜਿਹੜੀ ਆਪਰੇਸ਼ਨ ਗੰਗਾ ਜਿਹੜਾ ਚਲਾਇਆ ਗਿਆ ਉਹਦੇ ਤਹਿਤ ਜਿਹੜੀ ਇੰਡੀਆ ਗਵਰਨਮੈਂਟ ਆ ਉਹਨਾਂ ਨੂੰ ਲੈ ਕੇ ਆਈ ਹੈ ਪਰ ਸਾਫ ਤੌਰ ਤੇ ਉਹਨਾਂ ਨੇ ਕਈ ਵੱਡੇ ਜਿਹੜੇ ਖੁਲਾਸੇ ਕੀ ਤਿੰਨ ਨੇ ਕਿਹਾ ਕਿ ਜ਼ਿਆਦਾਤਰ ਜਿਹੜੇ ਬੱਚੇ ਨੇ ਉਥੇ ਸੇਫ ਨੇ ਜ਼ਿਆਦਾ ਘਬਰਾਉਣ ਦੀ ਉਹਨਾਂ ਦੇ ਮਾਤਾ ਪਿਤਾ ਨੂੰ ਲੋੜ ਨਹੀਂ ਕਿਉਂਕਿ ਉਹਨਾਂ ਨੂੰ ਟਾਰਗੇਟ ਨਹੀਂ ਬਣਾਇਆ ਜਾ ਰਿਹਾ ਪਰ ਲੇਕਿਨ ਬਾਰਡਰ ਦੇ ਉੱਪਰ ਥੋੜੀ ਦਿੱਕਤ ਜ਼ਰੂਰ ਹੈ ਬਾਰਡਰ ਦੇ ਉੱਪਰ ਜਦੋਂ ਬਾਰਡਰ ਬੱਚੇ ਕਰਾਸ ਕਰਨ ਦੇ ਤੇ ਜ਼ਿਆਦਾ ਭੀੜ ਹੋ ਰਹੀ ਹੈ ਉੱਥੋਂ ਤੱਕ ਕਿ ਜਿਹੜੀ ਉੱਥੋਂ ਦੀ ਲੋਕਲ ਬਾਰਡਰ ਪੁਲਿਸ ਹੈ ਜਾਂ ਉੱਥੇ ਜਿਹੜੀ ਲਾਠੀ ਚਾਰਜ ਵੀ ਹੋ ਰਹੀ ਆ ਜਿਵੇਂ ਲੜਕੀਆਂ ਦੀ ਵੀਡੀਓ ਵਾਇਰਲ ਹੋ ਰਹੀਆਂ ਸੀ ਉਹ ਵੀ ਹੋ ਰਿਹਾ ਤੇ ਲਾਸਟ ਟਾਈਮ ਤੱਕ ਦੋ ਦਿਨ ਉਹਨਾਂ ਨੇ ਕਿਹਾ ਕਿ ਸਾਡੀ ਅੱਖਾਂ ਦੇ ਸਾਹਮਣੇ ਤੇ கரੰਟ ਤੱਕ ਜਿਹੜਾ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਅਗਰ ਇਹ ਚੀਜ਼ ਸਭ ਚੀਜ਼ਾਂ ਹੋ ਰਹੀਆਂ ਸੀ ਤਾਂ ਬੜੀਆਂ ਹੀ ਜਿਹੜੇ ਕਹਿ ਸਕਦਾ ਮੰਦਭਾਗੀਆਂ ਨੇ ਸਰਕਾਰਾਂ ਨੂੰ ਉਹਨਾਂ ਦੇ ਦੇਸ਼ ਦੇ ਸਰਕਾਰਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਜੋ ਜਿਸ ਕੰਟਰੀ ਦੇ ਵੀ ਲੋਕ ਹੋਣ ਤਾਂ ਉਹ ਆਪਣੇ ਸੇਫ ਆਪਣੇ ਘਰਾਂ ਤੱਕ ਪਹੁੰਚ ਸਕਣ ਕੈਮਰਾਮੈਨ ਮਲਵੀਰ ਦੇ ਨਾਲ ਵਿੱਕੀ ਬੋਲਰ ਲਿਵਿੰਗ ਇੰਡੀਆ ਸੁਨਾਮ ਸੰਗਰੋ